स्कॉर्पियो गाड़ी है जो बाइक के साथ एक्सीडेंट करके गई है, ग्रीन पैलेस जो काछवा रोड पे है, इस पर एक्सीडेंट करके भागी है। सभी स्टेशन टाइट नाकाबंदी करें और राउंड अप करें इसको प्लीज। डेल्टा 76 पीपी सीतामाई और ERV 425-26 आपकी तरफ आ सकती है खासकर। और चालीपुंज स्टेशन एक VT सभी स्टेशन नोट करें। दो बुलेट बाइक हैं डेल्टा 47 आप भी करना, इन पे दो दो लड़के सवार हैं। बाइक का नंबर नोट नहीं हो पाया, इनमें से एक के पास हथियार है, बंदूक है, और इन्होंने पुंडरी गांव के दो लड़कों पे इनका पीछा किया है और हमला किया है इनके ऊपर। वैसे इंजरी कुछ नहीं है लेकिन इन्होंने भाग के जान बचाई है इनसे, और दोनों बुलेट हरी सिंहपुरा की तरफ गई है। आ वेखो किवें नाके ते खड़े कॉन्स्टेबल ते चढ़ा दित्ती गड्डी। ਪਹਿਲਾਂ ਲਗਾਉਂਦੇ ਰਹੇ ਕਈ ਵਾਰ ਚੱਕਰ, ਟੱਕਰ ਲਗਾਉਣ ਤੋਂ ਬਾਅਦ ਹੋਏ ਫਰਾਰ। ਤਾਂ ਦੱਸ ਦਈਏ ਕਿ ਪੁਲਿਸ ਨਾਕੇ ਤੇ ਕਾਰ ਚਾਲਕ ਦੇ ਵੱਲੋਂ ਪੁਲਿਸ ਕਾਂਸਟੇਬਲ ਦੇ ਉੱਤੇ ਗੱਡੀ ਚੜਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇਹਨਾਂ ਦੇ ਨਾਲ ਇੱਕ ਬੁਲਟ ਵੀ ਹੁੰਦਾ ਹੈ, ਜਿਨ੍ਹਾਂ ਦੇ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਵੇਖ ਸਕਦੇ ਹੋ ਕਿ ਨਾਕੇ ਤੇ 2 ਤੋਂ 3 ਪੁਲਿਸ ਮੁਲਾਜ਼ਮ ਖੜੇ ਹੁੰਦੇ ਆ। ਤਾਂ ਜਿਵੇਂ ਹੀ ਇਹ ਕਾਰ ਆਉਂਦੀ ਹੈ ਤਾਂ ਸਿੱਧਾ ਪੁਲਿਸ ਮੁਲਾਜ਼ਮਾਂ ਦੇ ਵੱਲ ਵੱਧਦੀ ਹੈ, ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਕਾਰ ਦੀ ਚਪੇਟ ਦੇ ਵਿੱਚ ਆ ਜਾਂਦਾ ਹੈ। ਤਾਂ ਕਾਰ ਚਾਲਕ ਦੇ ਵੱਲੋਂ ਗੱਡੀ ਨਹੀਂ ਰੋਕੀ ਜਾਂਦੀ ਤੇ ਪੁਲਿਸ ਕਾਂਸਟੇਬਲ ਨੂੰ ਦਰੜਦਾ ਹੋਇਆ ਮੌਕੇ ਤੋਂ ਫਰਾਰ ਹੋ ਜਾਂਦਾ, ਜਿਸ ਤੋਂ ਬਾਅਦ ਪੁਲਿਸ ਨੇ ਇਹ ਸਾਰੀ ਸੂਚਨਾ ਅੱਗੇ ਪਾਸ ਕੀਤੀ ਤੇ ਫਿਰ ਇਹਨਾਂ ਦੋਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਮਾਮਲਾ ਕਰਨਾਲ ਤੋਂ ਸਾਹਮਣੇ ਆਇਆ, ਜਿੱਥੇ ਗ੍ਰਿਫਤਾਰ ਕਰਨ ਤੋਂ ਬਾਅਦ ਦੋਨਾਂ ਹਮਲਾਵਰਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। सभी स्टेशन टाइट नाकाबंदी करें और राउंड अप करें इसको प्लीज। डेल्टा 76 पीपी सीतामाई और ERV 425-26 आपकी तरफ आ सकती है खासकर। और चालीपुंज स्टेशन एक VT सभी स्टेशन नोट करें। दो बुलेट बाइक हैं डेल्टा 47 आप भी करना, इन पे दो दो लड़के सवार हैं। बाइक का नंबर नोट नहीं हो पाया, इनमें से एक के पास हथियार है, बंदूक है, और इन्होंने पुंडरी गांव के दो लड़कों पे इनका पीछा किया है और हमला किया है इनके ऊपर। वैसे इंजरी कुछ नहीं है लेकिन इन्होंने भाग के जान बचाई है इनसे, और दोनों बुलेट हरी सिंहपुरा की तरफ गई है। ਆ ਵੇਖੋ ਕਿਵੇਂ ਨਾਕੇ ਤੇ ਖੜੇ ਕਾਂਸਟੇਬਲ ਤੇ ਚੜਾ ਦਿੱਤੀ ਗੱਡੀ। ਪਹਿਲਾਂ ਲਗਾਉਂਦੇ ਰਹੇ ਕਈ ਵਾਰ ਚੱਕਰ, ਟੱਕਰ ਲਗਾਉਣ ਤੋਂ ਬਾਅਦ ਹੋਏ ਫਰਾਰ। ਤਾਂ ਦੱਸ ਦਈਏ ਕਿ ਪੁਲਿਸ ਨਾਕੇ ਤੇ ਕਾਰ ਚਾਲਕ ਦੇ ਵੱਲੋਂ
ਪੁਲਿਸ ਕਾਂਸਟੇਬਲ ਦੇ ਉੱਤੇ ਗੱਡੀ ਚੜਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇਹਨਾਂ ਦੇ ਨਾਲ ਇੱਕ ਬੁਲਟ ਵੀ ਹੁੰਦਾ ਹੈ, ਜਿਨ੍ਹਾਂ ਦੇ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਵੇਖ ਸਕਦੇ ਹੋ ਕਿ ਨਾਕੇ ਤੇ 2 ਤੋਂ 3 ਪੁਲਿਸ ਮੁਲਾਜ਼ਮ ਖੜੇ ਹੁੰਦੇ ਆ। ਤਾਂ ਜਿਵੇਂ ਹੀ ਇਹ ਕਾਰ ਆਉਂਦੀ ਹੈ ਤਾਂ ਸਿੱਧਾ ਪੁਲਿਸ ਮੁਲਾਜ਼ਮਾਂ ਦੇ ਵੱਲ ਵੱਧਦੀ ਹੈ ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਕਾਰ ਦੀ ਚਪੇਟ ਦੇ ਵਿੱਚ ਆ ਜਾਂਦਾ ਹੈ। ਤਾਂ ਕਾਰ ਚਾਲਕ ਦੇ ਵੱਲੋਂ ਗੱਡੀ ਨਹੀਂ ਰੋਕੀ ਜਾਂਦੀ ਤੇ ਪੁਲਿਸ ਕਾਂਸਟੇਬਲ ਨੂੰ ਦਰੜਦਾ ਹੋਇਆ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇਹ ਸਾਰੀ ਸੂਚਨਾ ਅੱਗੇ ਪਾਸ ਕੀਤੀ ਤੇ ਫਿਰ ਇਹਨਾਂ ਦੋਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਮਾਮਲਾ ਕਰਨਾਲ ਤੋਂ ਸਾਹਮਣੇ ਆਇਆ, ਜਿੱਥੇ ਗ੍ਰਿਫਤਾਰ ਕਰਨ ਤੋਂ ਬਾਅਦ ਦੋਨਾਂ ਹਮਲਾਵਰਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ।